Sajna, mera,
ਕਈ ਬੰਦੇ ਕਹਿੰਦੇ ਨੇ, ਕਈ ਜੀਵ ਕਹਿੰਦੇ ਨੇ ਕਿ ਜਿਸ ਵੇਲੇ ਅਸੀਂ ਨਿਤਨੇਮ ਕਰਦੇ ਹਾਂ ਮਨ ਨਹੀਂ ਟਿਕਦਾ, ਜਿਸ ਵੇਲੇ ਅਸੀਂ ਸਿਮਰਨ ਕਰਦੇ ਹਾਂ ਮਨ ਨਹੀਂ ਟਿਕਦਾ। ਨਾ ਗੁਰੂ ਮਹਾਰਾਜ ਇਜ਼ ਰਿਵੀਲਿੰਗ ਅਸ ਦਾ ਸੀਕਰੇਟ। ਗੁਰੂ ਮਹਾਰਾਜ ਕਹਿੰਦੇ ਨੇ ਵੈਨ ਯੂ ਡੂ ਨਿਤਨੇਮ ਫੋਰ ਗ੍ਰੈਟੀਟਿਊਡ, ਸ਼ੁਕਰਾਨੇ ਵਾਸਤੇ, ਵਾਟ ਇਜ਼ ਦਾ ਰੀਅਲ ਸ਼ੁਕਰਾਨਾ, ਯੂ ਫੀਲ ਦਾ ਪ੍ਰੈਜੈਂਸ ਆਫ ਕ੍ਰੀਏਟਰ ਵਿਦ ਇਨ ਯੂ, ਯੂ ਫੀਲ ਦਾ ਪ੍ਰੈਜੈਂਸ ਆਫ ਗੋਡ ਐਵਰੀਵੇਅਰ ਅਰਾਊਂਡ ਯੂ, ਐਂਡ ਦੈਨ ਵੈਨ ਯੂ ਵਿਲ ਡੂ ਨਿਤਨੇਮ, ਵੈਨ ਯੂ ਵਿਲ ਡੂ ਵਾਹਿਗੁਰੂ ਵਾਹਿਗੁਰੂ, ਮਨ ਟਿਕੇ, ਮਨ ਕਿਤੇ ਬਾਹਰ ਨਹੀਂ ਜਾਏਗਾ। ਕਿਉਂਕਿ ਇਹ ਕਬੀਰ ਤੂੰ ਰਾਮ ਕੀ ਅੰਸ਼, ਇਹ ਤਾਂ ਮਨ ਹੀ ਤਾਂ ਜੋਤ ਹੈ, ਮਨ ਹੀ ਤਾਂ ਪਰਮਾਤਮਾ ਹੈ, ਲੇਕਿਨ ਬਸ ਇਸ ਮੁੱਲ ਨੂੰ ਪਹਿਚਾਨਣ ਦੀ ਲੋੜ ਹੈ। ਸੋ ਗੁਰੂ ਪਿਆਰੇ, ਅੱਜ ਆਪ ਜੀ ਮਾਈ ਸਿੰਸਰ ਗ੍ਰੈਟੀਟਿਊਡ ਟੂ ਯੂ ਐਸ ਵੈਲ, ਜੋ ਕਿ ਤੁਸੀਂ ਇਤਨੀ ਉੱਚੀ ਉੱਚੀ ਜਪਿਆ ਔਰ ਇਤਨੇ ਆਨੰਦ ਵਿੱਚ ਜਪਿਆ, ਬਸ ਐਵੇਂ ਜਪਿਆ ਕਰੋ, ਕਿਉਂਕਿ ਜਿਸ ਵੇਲੇ ਤੁਸੀਂ ਐਵੇਂ ਜਪੋਗੇ ਫਿਰ ਹੀ ਜੀਵਨ ਦਾ ਕੁਝ ਆਨੰਦ ਹੈ। ਜਿਵੇਂ ਕੱਲ੍ਹ ਵੀ ਵਿਜੇ ਗੁਰਦੁਆਰੇ ਵਿਖੇ ਇੱਕ ਗੱਲ ਸ਼ੇਅਰ ਕੀਤੀ ਸੀ ਕਿ ਜਿਹੜਾ ਮੇਰਾ ਮੈਜਰ ਹੈ ਕਿ ਕੀਰਤਨ ਕਿਸ ਵੇਲੇ ਹੁੰਦਾ ਹੈ, ਜਿਸ ਵੇਲੇ ਕੀਰਤਨ ਕਰਦੇ ਕਰਦੇ ਅੱਧ ਵਿੱਚ ਕਾਲੇ ਮੇਰੀ ਆਵਾਜ਼ ਬੈਠ ਜਾਵੇ, ਸਮਝੋ ਕੀਰਤਨ ਪ੍ਰਵਾਨ ਹੈ। ਗੱਜ ਕੇ ਆਖੋ ਸਤਨਾਮ, ਫਿਰ ਪਤਾ ਲੱਗਿਆ ਕਿ ਜ਼ੋਰ ਲਾਇਆ ਹੈ। ਐਂਡ ਆਈ ਬਲੀਵ ਕਿ ਐਵਰੀ ਕੀਰਤਨ ਇਜ਼ ਦ ਲਾਸਟ ਕੀਰਤਨ ਫੋਰ ਮੀ। ਗੱਜ ਕੇ ਆਖੋ ਸਤਨਾਮ, ਐਵਰੀ ਕੀਰਤਨ ਸ਼ੁੱਡ ਬੀ ਲਾਸਟ ਕੀਰਤਨ ਫੋਰ ਈਚ ਐਂਡ ਐਵਰੀ ਵਨ। ਪਤਾ ਨਹੀਂ ਅਗਲਾ ਪਲ ਦੇਖਣਾ ਹੈ ਕਿ ਨਹੀਂ, ਕਿਹੜਾ ਸਾਹ ਅੰਦਰ ਗਿਆ ਵਾਪਸ ਨਾ ਆਵੇ। ਤਾਂ ਜਿਹੜਾ ਇਹ ਗੁਰੂ ਮਹਾਰਾਜ ਦੀ ਗੋਦੀ ਦਾ ਇਹ ਪਾਵਨ ਸਮਾਂ ਸਾਨੂੰ ਮਿਲਿਆ ਹੈ, ਇਹਦੇ ਵਿੱਚ ਤਾਂ ਇਨਵੈਸਟਮੈਂਟ ਕਰ ਲਈਏ, ਇਹਦੇ ਵਿੱਚ ਤਾਂ ਫਿਕਸ ਡਿਪੋਜ਼ਿਟ ਬਣਾ ਲਈਏ ਨਾਮ ਦੀ, ਫਿਰ ਉਹਦੇ ਬਾਅਦ ਗੁਰੂ 'ਤੇ ਛੱਡਦੇ ਗੁਰੂ ਮਹਾਰਾਜ ਆਪਣੇ ਆਪ ਕਿਰਪਾ ਕਰਨਗੇ। ਸੋ ਇਸਦੀ ਕੋਈ ਸੇਵਾ ਪ੍ਰਵਾਨ ਕਰਨੀ, ਕਿਉਂਕਿ ਇਹ ਘੜੀ ਨਹੀਂ ਰੁਕਦੀ, ਇਹਨੇ ਚੱਲੀ ਜਾਣੀ। ਮੈਨੂੰ ਯਾਦ ਹੈ ਇੱਕ ਗੁਰਮੁਖ ਸੱਜਣ ਬੈਠੇ ਹੋਏ ਸੀ, ਇੱਕ ਮਨੁੱਖ ਉਹਨਾਂ ਦੇ ਕੋਲ ਆਇਆ ਅਤੇ ਗੁਰਮੁਖ ਸੱਜਣਾਂ ਨੇ ਉਹਨਾਂ ਨੂੰ ਪੁੱਛਿਆ ਅੱਜ ਕੱਲ੍ਹ ਕੀ ਕਰਦੇ ਹੋ, ਅਤੇ ਜਿਹੜੇ ਸਿਆਣੇ ਹੁੰਦੇ ਨੇ ਉਹ ਜਵਾਬ ਐਵੇਂ ਦਿੰਦੇ ਨੇ, ਕਹਿੰਦੇ ਅੱਜ ਕੱਲ੍ਹ ਅਸੀਂ ਟਾਈਮ ਪਾਸ ਕਰਦੇ ਹਾਂ। ਗੱਜ ਕੇ ਆਖੋ ਸਤਨਾਮ, ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ ਘੱਟ ਬੋਲਦੇ ਨੇ, ਲੇਕਿਨ ਜਦ ਬੋਲਦੇ ਨੇ ਇਟ ਕੈਰੀਜ ਲੋਟ ਆਫ ਵੇਟ, ਚੁੱਪ ਹੋ ਗਏ, ਗੱਲਬਾਤ ਹੋਣ ਲੱਗ ਗਈ। ਫਿਰ ਥੋੜ੍ਹੀ ਦੇਰ ਉਹ ਪੁੱਛਿਆ ਗੁਰਮੁਖੋ ਅੱਜ ਕੱਲ੍ਹ ਕੀ ਕਰਦੇ ਹੋ, ਕਹਿੰਦੇ ਦੱਸਿਆ ਤੁਹਾਨੂੰ ਅੱਜ ਕੱਲ੍ਹ ਟਾਈਮ ਪਾਸ ਕਰਦੇ। ਗੁਰਮੁਖਾਂ ਨੇ ਫਿਰ ਮੁਸਕਰਾ ਕੇ ਆਖਿਆ ਭਲਿਆ ਲੋਕਾਂ ਘੜੀ ਨੂੰ ਦੇਖ, ਤੂੰ ਟਾਈਮ ਨੂੰ ਪਾਸ ਕਰ ਰਿਹਾ ਕਿ ਟਾਈਮ ਤੈਨੂੰ ਪਾਸ ਕਰ ਰਿਹਾ। ਗੱਜ ਕੇ ਆਖੋ ਸਤਨਾਮ, ਘੜੀ ਕਿਸੇ ਵਾਸਤੇ ਨਹੀਂ ਰੁਕੀ ਗੁਰੂ, ਪਤਾ ਹੀ ਲੱਗਿਆ ਇੱਕ ਘੰਟਾ ਕਿੱਥੇ ਚਲਾ ਗਿਆ। ਇੱਕ ਸ਼ਬਦ ਦਾ ਹੋਰ ਹੁਕਮ ਸੀ ਮਿਲਣ ਕੀ ਬਲੀਆ ਮਿਲ ਚਰਨ ਕਾਲ ਕਹਿੰਦੇ ਸੰਜਰੀਆ, ਲੇਕਿਨ ਕੋਸ਼ਿਸ਼ ਕਰਾਂਗੇ ਕੱਲ੍ਹ ਤਿਤੀ ਵਾਸਾ ਗੁਰਦੁਆਰੇ ਜਿਹੜਾ ਟਿਊਜ਼ਡੇ ਨੂੰ ਸ਼ਾਮ ਦਾ ਦੀਵਾਨ ਹੈ ਉੱਥੇ ਇਹ ਪਾਵਨ ਸ਼ਬਦ ਦੀ ਹਾਜ਼ਰੀ ਲਵਾਂਗੇ। ਅੱਜ ਨਹੀਂ ਲਾ ਪਾਇਆ ਕਿ ਸਮੇਂ ਦੇ ਦੋ ਜੇ ਮਿਲਤ ਹੈ ਆਹ ਗੁਰੂ ਮੇਰੇ, ਲੇਕਿਨ ਲੈਟ ਅਸ ਸ਼ੋ ਅਵਰ ਗ੍ਰੈਟੀਟਿਊਡ ਗੋਇਆ ਤੂੰ ਹੀ, ਬਿਕੋਜ਼ ਮੈਨੂੰ ਵੀ 2 ਸਾਲ ਹੋ ਗਏ ਨੇ, ਜਿਵੇਂ ਮੇਰੇ ਵੀਰ ਜੀ ਨੇ ਬੜੇ ਪਿਆਰ ਨਾਲ ਇਹ ਗੱਲ ਆਖੀ ਕਿ 2 ਸਾਲ ਬਾਅਦ ਆਇਆ, ਹੁਣ ਕੀ ਕਰੀਏ 2 ਸਾਲ ਬਾਅਦ ਅੰਜਲ ਜੇ ਖੁੱਲ੍ਹਿਆ। ਸੋ ਗਿਵ ਮੀ ਹੈਂਗ ਓਵਰ ਐਜ਼ ਵੈਲ ਟੂ ਟੇਕ ਬੈਕ ਟੂ ਯੂ ਕੇ, ਤੁਸੀਂ ਉੱਚੀ ਗਾਵੋਗੇ ਉਹ ਮੇਰੇ ਵਾਸਤੇ ਨਾਮ ਕੁਮਾਰ ਹੋਵੇਗਾ। ਐਂਡ ਆਈ ਵਿਲ ਸ਼ੇਅਰ ਦੈਟ ਵਿਦ ਯੂ ਕੇ ਸਾਧ ਸੰਗਤ ਕੀ ਮਲੇਸ਼ੀਆ ਦੀ ਸਾਧ ਸੰਗਤ ਇਤਨੀ ਉੱਚੀ ਜਪਿਆ ਕਿ ਮੇਰੇ ਕੰਨ ਹੁਣੀ ਤੱਕ ਉਹ